ਮੇਰੀ ਤੂੰ ਵੀ ਖੈਰ ਸੁਰਚ ਨਹੀਂ ਹੈ ਕਿਉਂਕਿ ਮੇਰਾ ਗਲਾ ਵੀ ਸੁਰਚ ਨਹੀਂ ਹੈ। ਵੈਸੇ ਮੈਂ ਬੜਾ ਕਿਹਾ ਸਪੀਡ ਵਾਲਿਆਂ ਨੇ ਜਿਹੜੇ ਪ੍ਰੋਗਰਾਮ ਬਣਾ ਰਹੇ ਨੇ ਕਿ ਤੁਸੀਂ ਮੇਰੀ ਗਾਇਕੀ ਦੀ ਕੈਸਟ ਕੱਢੋ ਵੀ ਅੱਜ ਕੱਲ੍ਹ ਗਾਇਕੀ ਦਾ ਚੰਗਾ ਸਮਾਂ ਚੱਲ ਰਿਹਾ। ਮੈਂ ਇਹਨੂੰ ਕਹਿੰਦਾ ਤੂੰ ਪਹਿਲਾਂ ਕਦੇ ਕੈਸਟ ਪਾਈ ਆ? ਮੈਂ ਕਿਹਾ ਹਾਂ ਜੀ ਮੇਰੀ ਕੈਸਟ ਆਈ ਆ ਵੀ ਮਾਰਕੀਟ ਦੇ ਵਿੱਚ ਪਈ ਪਈ ਚੱਲ ਗਈ ਤੇ ਕਹਿੰਦੀ ਠਾ ਵੀ ਇੰਨੀ ਚੱਲੀ ਆ ਆਵਾਜ਼ਾਂ ਇਹੋ ਜਿਹੀਆਂ ਆਈਆਂ ਨੇ ਕਹਿੰਦੇ ਕਿਹੜਾ ਗਾਣਾ ਆਇਆ ਸੀ ਤੇਰਾ ਹੁਣੀ ਸੁਣਾ। ਮੈਂ ਕਿਹਾ ਲਓ ਜੀ ਮੈਂ ਗਾਣਾ ਸੁਣਾ ਦਿੰਦਾ ਪਰ ਮੇਰੀ ਕੈਸਟ ਕੱਢ ਦਿਓ ਤੁਸੀਂ। ਕਹਿੰਦੇ ਠੀਕ ਆ ਸੁਣਾ ਦਾ ਸੀ। ਫਿਰ ਮੈਂ ਗਾਣਾ ਸੁਣਾਇਆ ਉਹਨਾਂ ਨੂੰ। ਮੈਂ ਕਿਹਾ ਲਓ ਮੇਰਾ ਗਾਣਾ ਸੁਣੋ ਧਿਆਨ ਨਾਲ ਕਿ ਤੇਰਾ ਡਾਕੂ ਵਰਗਾ ਬਾਪੂ ਨੀ ਤੇਰਾ ਡਾਕੂ ਵਰਗਾ ਬਾਪੂ ਨੀ ਜਿਹੜਾ ਜੇਬ 'ਚ ਰੱਖਦਾ ਏ ਚਾਕੂ ਨੀ ਜਾ ਕਹਿੰਦੀ ਆਪਣੇ ਬਾਪੂ ਨੂੰ ਮੈਨੂੰ ਡਰ ਨਹੀਂ ਉਹਦੇ ਡੋਲੇ ਦਾ ਤੇਰਾ ਯਾਰ ਵੇਚਦਾ ਚਾਰ ਕੁੜੇ ਨੀ ਕਦੇ ਨਿੰਬੂ ਦਾ ਕਦੇ ਔਲੇ ਦਾ। ਮੈਨੂੰ ਕਹਿੰਦੇ ਜਾ ਭੱਜ ਇੱਥੋਂ ਤੇ ਜਾ ਕੇ ਵਪਾਰ ਕਰ ਕਿਸੇ ਕੋਲੇ ਦਾ। ਅੱਜ ਕੱਲ੍ਹ ਤੇਰੇ ਵਾਲ ਕਹਿੰਦਾ ਸਮਾਂ ਨਹੀਂ ਹੈਗਾ। ਅੱਜ ਕੱਲ੍ਹ ਚੱਲਦੇ ਆ ਡੇਟ ਸੌਂਗ ਜੋੜੀਆਂ ਜਦੋਂ ਗਾਉਂਦੀਆਂ ਨੇ ਆ ਮਿਸ ਪੂਜਾ ਦਾ ਚੜ੍ਹਾਈ ਹੈ ਜਦੋਂ ਦੀ ਆਈ ਹੈ ਬਸ ਹਾਲ ਦੁਹਾਈ ਹੈ ਹਾਲ ਦੁਹਾਈ ਹੈ। ਸਾਰੇ ਕਹਿੰਦੇ ਕੋਈ ਪੂਜਾ ਦੀ ਇੱਕ ਕੈਸਟ ਹੋਰ ਆਈ ਹੈ। ਲਓ ਜੀ ਪੂਜਾ ਰਾਏ ਜੁਝਾਰ ਨਾਲ ਆਈ ਹੈ। ਤੂਫਾਨ
ਕੇ ਗੁੱਡ ਮਾਰਨਿੰਗ ਤੈਨੂੰ ਗਲ ਨਾਲ ਲੈਂਦਾ ਮੈਂ ਲਗਾ ਫੁੱਲ ਖਿੜਦਾ ਉਹੀ ਨੀ ਜਿਹੜਾ ਤੋੜ ਕੇ